ਸੋ ਗੱਲ ਜਦੋਂ ਕੈਨੇਡਾ ਸਟੱਡੀ ਵੀਜ਼ਾ ਦੀ ਆਉਂਦੀ ਹੈ ਤਾਂ ਬਹੁਤ ਸਾਰੇ ਸਵਾਲ ਅੱਜ ਦੇ ਟਾਈਮ ਵਿੱਚ ਸਟੂਡੈਂਟਸ ਦੇ ਮਨ ਵਿੱਚ ਉਹਨਾਂ ਦੇ ਪੇਰੈਂਟਸ ਦੇ ਮਨ ਵਿੱਚ ਕਿ ਅਸੀਂ ਕੈਨੇਡਾ ਜਾਈਏ, ਕੰਮ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ, ਕੰਮ ਮਿਲੇਗਾ ਜਾਂ ਨਹੀਂ ਮਿਲੇਗਾ, ਕਿਉਂਕਿ ਜਿਸ ਤਰ੍ਹਾਂ ਦੇ ਰਿਊਮਰਸ ਨੇ ਕਿ ਬਹੁਤ ਜ਼ਿਆਦਾ ਸਟੂਡੈਂਟ ਹੋ ਚੁੱਕੇ ਨੇ, ਕੰਮ ਨੂੰ ਲੈ ਕੇ ਪ੍ਰੋਬਲਮ ਆ ਰਹੀ ਹੈ, ਤਾਂ ਅੱਗੋਂ ਸਾਨੂੰ PR ਮਿਲੇਗੀ ਕਿ ਨਹੀਂ ਮਿਲੇਗੀ। ਸੋ ਅੱਜ ਇਹ ਵੀਡੀਓ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਹੀ ਹੈ ਤੁਹਾਡੇ ਤੱਕ ਪਹੁੰਚਾਉਣ ਦੇ ਲਈ, ਤਾਂ ਕਿ ਤੁਹਾਡੇ ਮਾਈਂਡ ਵਿੱਚ ਪਿਕਚਰ ਕਲੀਅਰ ਹੋਵੇ ਕਿ ਕਿਵੇਂ ਨੈਵੀਗੇਟਰਸ ਓਵਰਸੀਜ਼ ਵੱਲੋਂ ਸਟੂਡੈਂਟਸ ਨੂੰ ਸਹੀ ਢੰਗ ਨਾਲ ਗਾਈਡ ਕਰਕੇ ਇੱਕ ਸ਼ਿਓਰਿਟੀ ਦਿੱਤੀ ਜਾਂਦੀ ਹੈ ਤੁਹਾਡੇ ਫਿਊਚਰ ਨੂੰ ਸੈਟਲ ਕਰਨ ਦੀ, ਉਹ ਵੀ ਕੈਨੇਡਾ ਦੇ ਵਿੱਚ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਜਿੰਨੇ ਵੀ ਤਮਾਮ ਸਵਾਲ ਤੁਹਾਡੇ ਮਾਈਂਡ ਵਿੱਚ ਘੁੰਮ ਰਹੇ ਨੇ, ਅੱਜ ਇਹ ਵੀਡੀਓ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਕਲੀਅਰ ਕਰਨ ਲਈ ਸਾਡੇ ਨਾਲ ਇਸ ਵੀਡੀਓ ਵਿੱਚ ਮੌਜੂਦ ਨੇ ਜੀ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਹੈ, ਅਤੇ ਅੱਜ ਦੀ ਜੋ ਸਥਿਤੀ ਹੈ ਇਸ ਦੇ ਉੱਪਰ ਮੈਮ ਬੜੀ ਸ਼ੋਰਿਟੀ ਦੇ ਨਾਲ ਕੁਝ ਗੱਲਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨਗੇ, ਅਤੇ ਉਹ ਸ਼ੋਰਿਟੀ ਦੇ ਪਿੱਛੇ ਰੀਜ਼ਨ ਇਹ ਹੁੰਦਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਔਰ ਹਾਰਡਵਰਕ। ਸੋ ਮੈਮ ਅੱਜ ਜੋ ਮੈਂ ਸ਼ੁਰੂਆਤ ਕੀਤੀ ਹੈ, ਇਹ ਕੰਸਰਨ ਬਹੁਤ ਸਾਰੇ ਸਟੂਡੈਂਟਸ ਦਾ, ਪੇਰੈਂਟਸ ਦਾ, ਕਿ ਕੈਨੇਡਾ ਤਾਂ ਚਲੇ ਜਾਵਾਂਗੇ, ਰਸ਼ ਬਹੁਤ ਜ਼ਿਆਦਾ ਹੈ, ਕੰਮ ਨੂੰ ਲੈ ਕੇ ਪ੍ਰੋਬਲਮ ਹੈ, ਅੱਗੋਂ PR ਨੂੰ ਲੈ ਕੇ ਵੀ ਅੱਗੋਂ ਦਿੱਕਤ ਹੋ ਸਕਦੀ ਹੈ, ਇੱਥੇ ਤੁਸੀਂ ਕੀ ਗਾਈਡ ਕਰਨਾ ਚਾਹੋਗੇ? ਦੇਖੋ ਹਰਜੋਤ, ਜਿਹੜਾ ਹੈ ਕਿ ਕੈਨੇਡਾ ਦੇ ਵਿੱਚ ਕਹਿੰਦੇ ਕੰਮ ਨਹੀਂ ਮਿਲ ਰਿਹਾ, ਮੈਂ ਕਹਿੰਦੀ ਹਾਂ ਕਿ ਬੱਚਾ ਜਿਹੜਾ ਜਾ ਰਿਹਾ ਉਹ ਕੀ ਚੀਜ਼ ਆਪਣੇ ਨਾਲ ਲੈ ਕੇ ਜਾ ਰਿਹਾ। ਕਿਸੇ ਵੀ ਜਗ੍ਹਾ ਸਕਿੱਲ ਦੀ ਲੋੜ ਹੁੰਦੀ ਹੈ ਕਿਸੇ ਵੀ ਕੰਮ ਵਾਸਤੇ। ਤੁਸੀਂ ਕਹੋ ਕਿ ਇੰਡੀਆ ਦੇ ਵਿੱਚ ਜਿਹੜਾ ਇੰਨੀ ਪਾਪੂਲੇਸ਼ਨ ਹੈ, ਤੁਸੀਂ ਕਿਸੇ ਮਰਜ਼ੀ ਆਫਿਸ 'ਚ ਚਲੇ ਜਾਓ, ਤੁਸੀਂ ਦੇਖੋ ਉੱਥੇ ਹਮੇਸ਼ਾ ਵੈਕੈਂਸੀ ਹੋਏਗੀ, ਕਿਉਂਕਿ ਬੰਦੇ ਕੰਮ ਨਹੀਂ ਕਰਨਾ ਚਾਹੁੰਦੇ। ਕੈਨੇਡਾ ਦੇ ਵਿੱਚ ਗਰੰਟੀ ਨਾਲ ਹਰ ਬੱਚੇ ਨੂੰ ਜੋਬ ਮਿਲ ਸਕਦੀ ਹੈ ਜੇ ਉਹ ਬੱਚਾ ਇੱਥੋਂ ਆਪਣੇ ਸਕਿੱਲਸ ਲੈ ਕੇ ਜਾਏ। ਜੇ ਰਾਅ ਸਟੂਡੈਂਟ ਹੈ, ਉਹਨੇ ਘਰ ਕੁਛ ਨਹੀਂ ਕੀਤਾ ਹੋਇਆ, ਪਲੱਸ ਟੂ ਕੀਤੀ ਜਾਂ ਗ੍ਰੈਜੂਏਸ਼ਨ ਕੀਤੀ, ਕੁਛ ਕੀਤਾ ਹੀ ਨਹੀਂ, ਕੋਈ ਸਕਿੱਲ ਨਹੀਂ ਸਿੱਖਿਆ, ਔਰ ਜਾਂਦਾ ਸਿੱਧਾ ਹੀ ਬਰੈਂਪਟਨ ਜਾਣਾ ਜਾਂ ਮਿਸੀਸਾਗਾ ਜਾਣਾ, ਇੱਕੋ ਜਗ੍ਹਾ ਇੰਨਾ ਬੱਚਾ ਇਕੱਠਾ ਹੋ ਗਿਆ, ਦੈਨ ਇਟਸ ਵੈਰੀ ਡਿਫੀਕਲਟ। ਤੁਸੀਂ ਛੋਟੇ ਛੋਟੇ ਕੋਰਸਿਸ ਕਰੋ, 2 ਮਹੀਨੇ ਦਾ 3 ਮਹੀਨੇ ਦਾ ਕੋਈ ਸਕਿੱਲ ਸਿੱਖੋ, ਉਹਦੇ ਬਾਅਦ ਤੁਸੀਂ ਜਦ ਤੱਕ ਤੁਹਾਡੀ ਫਾਈਲ ਲੱਗ ਰਹੀ ਹੈ, ਜਦ ਤੱਕ ਤੁਸੀਂ ਵੀਜ਼ਾ ਇਨਕੁਆਇਰੀ ਕਰ ਰਹੇ ਹੋ, ਤੁਹਾਡੇ ਕੋਲ ਜ਼ਰੂਰ ਉਹ ਸਕਿੱਲ ਸੈੱਟ ਹੋਣਾ ਚਾਹੀਦਾ। ਛੋਟਾ ਜਿਹਾ ਵੈਬ ਡਿਜ਼ਾਈਨਿੰਗ ਦਾ ਕੋਰਸ ਕਰ ਲਓ, ਛੋਟਾ ਜਿਹਾ ਕੋਈ ਵੀ ਗੇਮ ਡਿਵੈਲਪਮੈਂਟ ਦਾ ਕੋਰਸ ਕਰ ਲਓ, ਜਿਹੜੇ ਕੋਰਸ ਤੁਸੀਂ ਜਾ ਰਹੇ ਹੋ ਉਸ ਤੋਂ ਰਿਲੇਟਿਡ ਕੋਈ ਕੋਰਸ ਕਰ ਲਓ, ਜਾਂ ਵੈਸੇ ਹੀ ਤੁਸੀਂ ਕੋਈ ਐਕਸਟਰਾ ਕੋਰਸ ਕਰ ਲਓ, ਉਹ ਤੁਹਾਨੂੰ ਹਮੇਸ਼ਾ ਜੋਬ ਦਵਾਏਗਾ ਹੀ ਦਵਾਏਗਾ। ਕੈਨੇਡਾ ਇੱਕ ਇੰਨਾ ਈਜ਼ੀ ਕੰਟਰੀ ਹੈ ਜਿਹਨੇ ਵੀਜ਼ਾ 10-12 ਸਾਲ ਤੋਂ ਬਹੁਤ ਜ਼ਿਆਦਾ ਦਿੱਤਾ, ਕਿਸੇ ਵੀ ਕੰਟਰੀ ਨੇ ਇੰਨਾ ਵੀਜ਼ਾ ਨਹੀਂ ਦਿੱਤਾ, ਉਸਨੂੰ ਹੋਰ ਈਜ਼ੀ ਇਹਨਾਂ ਨੇ ਬਣਾਇਆ, 6 ਬੈਂਡ ਓਵਰਆਲ ਕਰਤਾ ਜਿਹੜਾ ਕਿ ਪਹਿਲੇ 6A 'ਚ ਸੀਗਾ। ਹੁਣ ਤੁਸੀਂ ਦੱਸੋ, ਇਹੀ ਤਾਂ ਇੱਕ ਤੁਹਾਨੂੰ ਜਿਹੜਾ ਰਾਈਟ ਟਾਈਮ ਹੈ ਕਿ ਜਿਹੜੇ ਬੱਚਿਆਂ ਦੇ 6 ਬੈਂਡ ਈ 'ਚ ਨਹੀਂ ਹੁੰਦੇ ਸੀ ਉਹ ਤਰਸਦੇ ਸੀਗੇ, ਹੈ ਨਾ। ਆਸਟ੍ਰੇਲੀਆ ਉਹਨਾਂ ਨੂੰ ਲੈਂਦਾ ਨਹੀਂ ਹੈ, 6 ਬੈਂਡ ਈ 'ਚ ਵਾਲਾ ਲੈਂਦਾ। ਨਿਊਜ਼ੀਲੈਂਡ ਜਿਹੜਾ 6 ਮਹੀਨੇ ਪੁਰਾਣੇ ਫੰਡ ਚਾਹੀਦੇ ਆ, UK ਦੇ ਇਲਾਵਾ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ। ਅਤੇ ਜੇ ਕੈਨੇਡਾ ਜਾਣਾ, ਇਟਸ ਜਸਟ ਲਾਈਕ ਅ ਸ਼ੇਅਰ ਮਾਰਕੀਟ, ਕਿ ਜਦ ਸ਼ੇਅਰ ਡਾਊਨ ਹੁੰਦਾ ਨਾ ਲੋਕ ਕਹਿੰਦੇ ਉਸ ਟਾਈਮ ਲੈਣਾ ਚਾਹੀਦਾ। ਇਸ ਟਾਈਮ ਕੈਨੇਡਾ ਦੇ ਵਿੱਚ ਜੇ ਤੁਹਾਨੂੰ ਇਹ ਲੱਗ ਰਿਹਾ ਨਾ ਕਿ ਹਜੇ ਵੀਜ਼ਾ ਈਜ਼ੀ ਆ ਰਿਹਾ, ਰੀਜ਼ਨ ਬਿੰਗ ਹਰ ਬੰਦਾ ਕਹਿੰਦਾ ਨਹੀਂ ਜੋਬ ਨਹੀਂ ਮਿਲ ਰਹੀ, ਫਾਈਲਾਂ ਘੱਟ ਅਪਲਾਈ ਹੋਈਆਂ, ਜਾਂ ਫਾਈਲ ਘੱਟ ਅਪਲਾਈ ਹੋਈ ਤਾਂ ਦਿਸ ਇਜ਼ ਅ ਬੈਟਰ ਓਪਰਚੁਨਿਟੀ ਫੋਰ ਯੂ, ਤੁਹਾਡੇ ਵਾਸਤੇ ਗੋਲਡਨ ਚਾਂਸ ਹੈ, ਤੁਹਾਨੂੰ ਵੀਜ਼ਾ ਲੱਗ ਰਿਹਾ। ਔਰ ਜੇ ਤੁਸੀਂ ਮੇਰੇ ਹਿਸਾਬ ਨਾਲ ਚੱਲੋਗੇ ਤੁਹਾਨੂੰ ਜੋਬ ਵੀ ਮਿਲੇਗੀ, ਤੁਹਾਨੂੰ ਉੱਥੇ ਸੈਟਲਮੈਂਟ ਵੀ ਮਿਲੇਗੀ। ਸਾਲ ਦਾ ਕੋਰਸ ਕਰੋ, 1.5 ਸਾਲ ਦਾ ਕੋਰਸ ਕਰੋ, ਜੋਬ ਅਸੀਂ ਦਵਾਵਾਂਗੇ, ਸੈਟਲਮੈਂਟ ਅਸੀਂ ਕਰਾਵਾਂਗੇ, ਹਰ ਕਿਸਮ ਤੋਂ। ਫੀਸ ਤੁਸੀਂ ਵੀਜ਼ੇ ਦੇ ਬਾਅਦ ਪੇ ਕਰਨੀ ਹੈ, ਇਸ ਤੋਂ ਜ਼ਿਆਦਾ। ਔਰ ਜਿਹੜਾ ਕੋਰਸ ਤੁਸੀਂ ਕਹੋਗੇ, ਵੈਦਰ ਇਟਸ ਅ ਮੈਡੀਕਲ ਕੋਰਸ, ਵੈਦਰ ਇਟਸ ਅ ਇੰਜੀਨੀਅਰਿੰਗ ਕੋਰਸ, ਵੈਦਰ ਇਟਸ ਅ ਸਪਲਾਈ ਚੇਨ ਮੈਨੇਜਮੈਂਟ ਕੋਰਸ, ਵਟ ਐਵਰ ਯੂ ਆਰ ਲੁਕਿੰਗ, ਜਿਹੜੀ ਵੀ ਚੀਜ਼ ਤੁਸੀਂ ਚਾਹੁੰਦੇ ਉਹ ਕੋਰਸ ਅਸੀਂ ਤੁਹਾਨੂੰ ਦੇਵਾਂਗੇ, ਔਰ ਅਸੀਂ ਦੇਵਾਂਗੇ ਤੁਹਾਨੂੰ ਜੋਬ ਵਾਲੇ ਕੋਰਸਿਸ। ਜੀ ਜੀ ਬਿਲਕੁਲ। ਸੋ ਇੱਥੋਂ ਸਟੂਡੈਂਟ ਸਮਝ ਸਕਦੇ ਨੇ ਕਿ ਮੈਂ ਜਦ ਗੱਲ ਕਰਦੀ ਹਾਂ ਹਮੇਸ਼ਾ ਕਿ 26-27 ਸਾਲਾਂ ਦਾ ਐਕਸਪੀਰੀਅੰਸ ਮੈਮ ਦਾ, ਤਾਂ ਮੈਮ ਵੱਖ ਵੱਖ ਕੰਟਰੀਜ਼ ਵਿੱਚ ਲਗਾਤਾਰ ਵਿਜ਼ਿਟ ਵੀ ਕਰਦੇ ਰਹਿੰਦੇ ਨੇ, ਵੱਖ ਵੱਖ ਕਾਲਜਿਸ ਯੂਨੀਵਰਸਿਟੀਜ਼ ਦੇ ਨਾਲ ਮਿਲਦੇ ਰਹਿੰਦੇ ਨੇ, ਕਈ ਤਰ੍ਹਾਂ ਦੇ ਟਾਈਅਪਸ ਨੇ ਮੈਮ ਦੇ। ਸੋ ਜ਼ਰੂਰ ਸਟੂਡੈਂਟਸ ਨੂੰ ਮੈਮ ਦੇ ਇੰਨੇ ਲੰਬੇ ਤਜ਼ਰਬੇ ਦਾ ਫਾਇਦਾ ਲੈਣਾ ਚਾਹੀਦਾ ਹੈ, ਤਾਂ ਕਿ ਕੈਨੇਡਾ ਜਾਂਦੇ ਹੋ ਜਿਹੜਾ ਕੰਮ ਨੂੰ ਲੈ ਕੇ ਕੰਸਰਨ ਪੇਰੈਂਟਸ ਦਾ ਵੀ ਬਣਿਆ ਹੋਇਆ ਕਿ ਬੱਚੇ ਨੂੰ ਤਾਂ ਜੀ ਅਸੀਂ ਭੇਜਾਂਗੇ ਉੱਥੇ, ਕੰਮ ਤਾਂ ਮਿਲ ਨਹੀਂ ਰਿਹਾ। ਸੋ ਇਹ ਉਹ ਚੀਜ਼ ਆ ਕਲੈਰਿਟੀ ਮੈਮ ਨੇ ਅੱਜ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਜ਼ਰੂਰ ਦਿੱਤੀ ਹੈ ਕਿ ਰਾਈਟ ਟਾਈਮ ਹੈ ਅਗਰ ਤੁਸੀਂ ਮੈਮ ਦੇ ਅਕੋਰਡਿੰਗਲੀ ਚੱਲਦੇ ਹੋ। ਸੋ ਕਈ ਵਾਰੀ ਸਟੂਡੈਂਟ ਥੋੜ੍ਹੀ ਜ਼ਿੱਦ ਕਰ ਲੈਂਦੇ, ਜੀ ਅਸੀਂ ਫਲਾਣੀ ਥਾਂ ਜਾਣਾ, ਫਲਾਣਾ ਕੋਰਸ ਲੈਣਾ। ਸੋ ਇੱਕ ਰਾਈਟ ਗਾਈਡੈਂਸ ਦੇ ਨਾਲ ਕੀ ਹੈ ਨਾ, ਜਿਹੜਾ ਸਟੂਡੈਂਟ ਆਪਦੇ ਦਿਮਾਗ ਤੋਂ ਚੱਲਦਾ, ਤੁਸੀਂ ਇਹ ਦੇਖੋ ਜ਼ਿਆਦਾਤਰ ਸਕਸੈਸਫੁਲ ਨਹੀਂ ਹੁੰਦੇ। ਮੇਰੇ ਕੋਲ ਸਟੂਡੈਂਟ ਆਏਗਾ ਕਿਉਂਕਿ ਮੇਰਾ ਇੱਕ ਤਜ਼ਰਬਾ ਹੈ। ਡਾਕਟਰ ਕੋਲ ਤੁਸੀਂ ਜਾਂਦੇ ਹੋ, ਤੁਸੀਂ ਆਪਦੀ ਬਿਮਾਰੀ ਦਾ ਇਲਾਜ ਆਪ ਕਿਉਂ ਨਹੀਂ ਕਰਦੇ, ਕਿਉਂ ਡਾਕਟਰ ਕੋਲ ਜਾਂਦੇ ਹੋ?
क्योंकि डॉक्टर जेड़ा स्पेशलाइज्ड उस फील्ड का तुम आप ही नॉलेज लैके मेरे को आओगे तो मैं तो काम नहीं कर सकती। मेरे को आयो तो मैं तो तुहानू काउंसलिंग करके तुहाडा कैरियर बना रही हाँ। अज इन्ने साल हो गए साडा काम ही यही है कि तुहाडा कैरियर बनाना, असीं कोई एजेंट तो है नहीं है। ठीक है, वी आर वर्किंग फॉर यू, तुहाडे वास्ते कर रहे हैं, तुहानू सैटल करना साडा काम है। क्योंकि माँ बाप का जिहड़ा सारा ध्यान तुहाडे ते है, माँ बाप ने तुहाडे वास्ते इन्नी मेहनत की है, वी अंडरसटैंड दिस थिंग। साडे आप दे भी बच्चे है एंड वी अंडरसटैंड कि तुसीं भी किसी के बच्चे हो, तुसीं इस टाइम नू अपना टाइम जिहड़ा खराब ना करो और सही डायरेक्शन च चलोगे तो तुसी बिल्कुल टाइम नू कैच कर जाओगे। जब तुसी गलत इधर उधर भटकते रहे यू विल वेस्ट योर टाइम। नाउ अदर थिंग इज कैनेडा वास्ते तुसी कहंदे सी जिद्दां मर्जी हो मेरा कैनेडा दा काम हो जाए, राइट। अज तुसी 4-6 महीने च अपनी ओपीनियन चेंज कर ली, खाली 4 बच्चों ने कहता, वो बच्चे आप ही कसूरवार है जिहड़ा कहंदे जे मैं जाना। हर वीडियो च हर टीवी प्रोग्राम च मैं कहा ਤੁਸੀਂ ਮਿਸੀ ਸਾਗਾ ਬ੍ਰਹਮਟਨ ਨੂੰ ਛੱਡ ਕੇ ਤੁਸੀਂ ਹੋਰ ਜਗ੍ਹਾ ਜਾਓ। ਮੈਂ ਸੀਗੀ ਜਿਹੜੇ ਸਭ ਤੋਂ ਪਹਿਲੇ ਬੱਚਿਆਂ ਨੂੰ ਭੇਜਿਆ ਨੋਵਾ ਸਕੋਸ਼ੀਆ, ਬੱਚਿਆਂ ਨੂੰ ਭੇਜਿਆ ਅਲਬਰਟਾ, ਸਸਕੀਚਵਨ। ਹਰ ਬੱਚਾ ਇੱਕ ਇੱਕ ਡੇਢ ਡੇਢ ਸਾਲ 'ਚ ਲੋਕਾਂ ਨੂੰ PR ਮਿਲੀ। ਮੇਰੇ ਕੋਲ ਤਾਂ ਲਾਈਵ ਇਗਜ਼ਾਮਪਲਸ ਹੈ, ਮੇਰੇ ਕੋਲ ਉਹਨਾਂ ਦੇ ਕੋਲ ਕੰਟੈਕਟ ਡਿਟੇਲਸ ਹੈ ਜਿਹੜੇ ਬੱਚਿਆਂ ਨੂੰ ਮੈਂ ਸੈਟਲ ਕੀਤਾ। ਤੁਸੀਂ ਜੇ ਗੱਲਾਂ ਨਹੀਂ ਮੰਨੀਆਂ ਦੈਨ ਇਟਸ ਯੋਰ ਮਿਸਟੇਕ, ਐਂਡ ਤੁਸੀਂ ਉਹ ਪ੍ਰੋਗਰਾਮ ਲਓ ਜਿਹੜਾ ਮੈਂ ਕਹੂੰਗੀ। You will not get disappointed from all these things. जी जी बिल्कुल। सो तुहानू दस दिए खास तौर पर कैनेडा नू लैके भी एक सैमीनार जिहड़ा है ऑर्गनाइज किया गया जी नैविगेटर्स ओवरसीज़ वालों 16 दिसंबर। सिर्फ कैनेडा ही नहीं ऑस्ट्रेलिया नू इंट्रस्टिड भी जिहड़े स्टूडेंट्स नू भी इत्थे पहुँचन तो बहुत चंगीयां ऑप्शनस तुहानू पता लगनगियां। नाल दे नाल 8 दिसंबर नू भी एक यूरोप दे लई जो है सैमीनार ऑर्गनाइज़ किया गया। लास्ट विच मैम जरूर यह गल करना चाहूँगी जिते आपां हुण कैनेडा दी गल कर रहे हैं, किहड़े इनटेक दे लई तुसीं स्टूडेंट्स नू ऑप्शनस दे पा रहे हो हुण? देखो मेरे को मार्च इनटेक्स हैं, ठीक है, फैब मार्च इनटेक है जिदे विच मैं दे सकती हाँ, मई भी इनटेक है, राइट। हुण जिहड़े प्रोग्राम जिहड़े इन्हां नूं सैटलमेंट दिला सकते हैं, सारियां नूं पता है सोशल केयर दे रिलेटिड प्रोग्राम है, कम्यूनिटी डिवेलपमेंट दे रिलेटिड प्रोग्राम है, अक्वा कल्चर दे रिलेटिड प्रोग्राम्स है, सप्लाई चेन दे रिलेटिड प्रोग्राम्स हैं, इदां दे प्रोग्राम है जिहड़े इन्हां नूं सैटलमेंट 100% दवा सकते हैं। तो इहदे विच डोंट नीड नॉट टू वरी, जस्ट तुसी अपने ड्रीम नू फॉलो करो। जी ठीक है बिल्कुल। सो कोई होर सवाल होवे स्टूडेंट्स दा जरूर जड़ा नंबर डिस्प्ले इस उपर कॉल करके तुसी होर जानकारी जरूर लै सकदे हो। इन्हां सैमीनार्स दे विच जरूर पहुँचो, अपने डॉक्यूमेंट जरूर लैके आओ ताकि असैसमेंट करन तों बाद सही चीज़ां तुहानू गाइड कीतियां जा सकन। बहुत बहुत थैंक्स मैम, अज तुसी कैनेडा स्टडी वीज़ा नू लैके और जड़ा बहुत वड्डा कंसर्न पेरेंट्स आ स्टूडेंट्स आ है उस उपर क्लैरिटी दी है जरूर। और अपने सवाल स्टूडेंट्स साढ़े नाल कमेंट सैक्शन के जरिए भी जरूर सांझे कर सकते हैं। अगों भी असीं तुहाडे लई होर इनफॉर्मेटिव वीडियोज़ लैके आते रहेंगे। फिलहाल ही सानू दिओ जी इजाजत। थैंक यू सो मच। थैंक यू।